ਹਾਂਜੀ ਦੋਸਤੋ, ਸਵਾਗਤ ਤੁਹਾਡਾ ਸਾਡੇ ਚੈਨਲ ਚਾਚਾ ਸਿੰਦਰੀ 'ਤੇ। ਤਾਂ ਦੋਸਤੋ, ਕਰਨ ਔਜਲਾ ਦੀ ਬੈਕ ਦਾ ਫਕਅਪ ਐਲਬਮ ਆਉਣ ਤੋਂ ਬਾਅਦ ਸਿੱਧੂ ਮੂਸੇਵਾਲਾ ਨੇ ਇੰਸਟਾ 'ਤੇ ਇੱਕ ਸਟੋਰੀ ਅਪਲੋਡ ਕੀਤੀ ਜਿਸ ਵਿੱਚ ਕਿ ਉਹ FBG ਡੱਕ ਦਾ ਐਕਸਪੋਜ਼ਿੰਗ ਮੀ ਗਾਣਾ ਸੁਣ ਰਿਹਾ ਹੈ ਅਤੇ ਉਸਨੇ ਆਪਣੀ ਫੋਟੋ 'ਤੇ ਲਿਖਿਆ ਹੈ ਕਿ ਮੈਨੂੰ ਯਕੀਨ ਹੈ ਕਿ ਮੇਰੇ ਸਿਰ ਦੇ ਉੱਪਰ ਰੱਬ ਦਾ ਹੱਥ ਹੈ ਅਤੇ ਬਾਕੀ ਦੁਨੀਆ ਦੀ ਸਾਰੀ ਚੀਜ਼ਾਂ ਦਾ ਰੱਬ ਮੈਂ ਹਾਂ। ਤਾਂ ਦੋਸਤੋ, ਜਦੋਂ ਤੁਸੀਂ ਇਸ ਐਕਸਪੋਜ਼ਿੰਗ ਮੀ ਗਾਣੇ ਦੇ ਲਿਰਿਕਸ ਯੂਟਿਊਬ 'ਤੇ ਚੈੱਕ ਕਰੋਗੇ ਤਾਂ ਤੁਹਾਨੂੰ ਸ਼ੁਰੂਆਤ ਵਿੱਚ ਹੀ FBG ਡੱਕ ਬੈਕ ਦਾ ਫਕਅਪ ਕਹਿੰਦਾ ਦਿਖਾਈ ਦਊਗਾ ਜੋ ਕਿ ਔਜਲਾ ਦੀ ਐਲਬਮ ਦਾ ਨਾਮ ਵੀ ਹੈ ਅਤੇ ਜੋ ਲਾਈਨ ਸਿੱਧੂ ਨੇ ਸਟੋਰੀ ਵਿੱਚ ਪਲੇ ਕੀਤੀਆਂ ਉਹਨਾਂ ਦਾ ਮਤਲਬ ਹੈ ਕਿ ਤੁਸੀਂ ਸਾਰੇ ਮੇਰਾ ਮਜ਼ਾਕ ਉਡਾਉਂਦੇ ਹੋ ਅਤੇ ਤੁਸੀਂ ਮੇਰੀ ਬਰਾਬਰੀ ਵੀ ਨਹੀਂ ਕਰ ਸਕਦੇ, ਮੇਰੇ ਸਾਈਡ 'ਤੇ ਬੰਦੂਕ ਪਈ ਆ, ਧਿਆਨ ਨਾਲ ਆਇਓ ਮੇਰੇ ਕੋਲ। ਫਿਰ ਦੋਸਤੋ, ਆਹ ਦੋ ਲਾਈਨ ਛੱਡ ਕੇ ਐਂਡ ਵਾਲੀ ਲਾਈਨ ਦੇਖੋ, ਪਲੀਜ਼ ਸਟੋਪ ਟਾਕਿੰਗ ਅਪ ਦਾ ਬੀਫ, ਯਾਨੀ ਕਿ ਹੁਣ ਆਹ ਔਨਲਾਈਨ ਕੰਟਰੋਵਰਸੀਆਂ ਕਰਨੀਆਂ ਛੱਡੋ। ਤਾਂ ਦੋਸਤੋ, ਇਨਡਾਇਰੈਕਟ ਵੇ ਨਾਲ ਸਿੱਧੂ ਵੱਲੋਂ ਔਜਲਾ ਦੀ ਬੈਕ ਦਾ ਫਕਅਪ ਐਲਬਮ ਦੀ ਸਪੋਰਟ ਕੀਤੀ ਗਈ ਹੈ ਅਤੇ ਕੰਟਰੋਵਰਸੀਆਂ ਤੋਂ ਦੂਰ ਜਾਣ ਦੀ ਅਰਜ਼ੀ ਵੀ ਲਾਈ ਗਈ ਹੈ ਸਿੱਧੂ ਮੂਸੇਵਾਲੇ ਵੱਲੋਂ। ਤਾਂ ਤੁਹਾਡੇ ਇਸ ਚੀਜ਼ ਬਾਰੇ ਕੀ ਵਿਚਾਰ ਹਨ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਅਤੇ ਜੇਕਰ ਵੀਡੀਓ ਲੱਗੇ ਤਾਂ ਵੀਡੀਓ ਨੂੰ ਲਾਈਕ ਅਤੇ ਇੱਦਾਂ ਦੀ ਹੋਰ ਨਾ ਵੀਡੀਓ ਦੇਖਣ ਸਾਡੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ। ਧੰਨਵਾਦ।